ਬਸ ਐਮਐਲਏ ਦੱਸੇ ਉਹਨਾਂ ਦਾ ਕਾਉਂਸਲਰ ਦੱਸੇ ਜਿਹੜਾ ਪਿਛਲੇ 5 ਸਾਲ ਤੋਂ ਕੈਨੇਡਾ ਬੈਠਾ ਪੁੱਛੋ ਇਹਨਾਂ ਨੇ ਇੱਕ ਵਾਰੀ ਵੀ ਆਇਆ ਕਾਉਂਸਲਰ ਇੱਥੇ ਯਾਨੀ ਕਿ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਦ ਤੁਸੀਂ ਇੱਥੋਂ ਜਿੱਤ ਕੇ ਗਏ ਹੋ ਘਟੋ ਘਟ ਆਓ ਤਾਂ ਸਹੀ ਇਹ ਨਹੀਂ ਕਿ ਤੁਸੀਂ ਸੈਟਰਡੇ ਸੰਡੇ ਦੀ ਸਰਕਾਰ ਬਣਾ ਲਈ ਹੈ ਤੇ ਬਾਕੀ ਬਾਕੀ ਦਿਨ ਆਪਣੇ ਇਲਾਕੇ ਤੋਂ ਬਾਹਰ 3 ਮਹੀਨੇ ਚੰਨੀ 110 ਦਿਨ ਰਿਹਾ ਔਰ ਉਹਦੇ ਇੱਕ ਰਿਸ਼ਤੇਦਾਰ ਦੇ ਕੋਲੋਂ ਹੀ ਰੇਡ ਹੋਈ ਆ ਤੇ 10 ਕਰੋੜ ਰੁਪਇਆ ਲੱਭ ਗਿਆ ਤੁਸੀਂ ਮੈਨੂੰ ਗਿਣ ਕੇ ਦੱਸੋ ਕਿ 110 ਦਿਨਾਂ ਚ ਜੇ ਇੱਕ ਇੱਕ ਰਿਸ਼ਤੇਦਾਰ ਇੱਕ ਭਾਂਜੇ ਕੋ 10 ਕਰੋੜ ਲੱਭ ਗਿਆ ਚ 4-5 ਭਾਂਜਿਆਂ ਦੇ ਘਰ ਲੱਭ ਫੋਲੀਏ ਤੇ ਫਿਰ ਕਿੰਨੇ ਸੋ ਕਰੋੜ ਜਾਣੇ ਆ ਟਰੋਏ ਸਾਡੇ ਫੌਜੀ ਭਰਾਵਾਂ ਦੀਆਂ ਸਾਡੇ ਪੰਜਾਬੀ ਭਰਾਵਾਂ ਦੀਆਂ ਫੌਜਾਂ ਦੀਆਂ ਲਾਛਾਂ ਸਾਡੇ ਕੋਲ ਆ ਰਹੀਆਂ ਨੇ ਔਰ ਇਹ ਉਹਨਾਂ ਦੇ ਨਾਲ ਉੱਥੇ ਬਹਿ ਕੇ ਕਹਿੰਦਾ ਵੀ ਇਹ ਵੀ ਬਾਰਡਰ ਖੋਲਦੇ ਉਹ ਵੀ ਬਾਰਡਰ ਖੋਲਦੇ ਬਾਰਡਰ ਤੋਂ ਉੱਥੋਂ ਆਣਾ ਕੀ ਆ ਕੀ ਭੇਜਦਾ ਪਾਕਿਸਤਾਨ ਸਾਨੂੰ ਬਾਰਡਰ ਤੋਂ ਗੋਲੀਆਂ ਬੰਬ ਸਮੈਕ ਨਸ਼ਾ ਉਹ ਭਾਜਪਾ ਵੱਲੋਂ ਲਗਾਤਾਰ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਸਾਰੇ ਜਾਣੇ ਜਿਹੜੇ ਗਿਲੇ ਛੁਕੇ ਮਿਟਾ ਕੇ ਲੱਗੇ ਨੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਦਾ ਵਿਜ਼ਨ ਲੈ ਕੇ ਗਲੀਆਂ-ਗਲੀਆਂ ਜਾਇਆ ਜਾ ਰਿਹਾ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਤੋਂ ਸਾਡੇ ਨਾਲ ਜੁੜੇ ਨੇ ਅਮੀ ਜੀ ਅਮੀ ਜੀ ਇਲਾਕੇ ਦੇ ਵਿੱਚ ਆਇਓ ਲੋਕਾਂ ਨੇ ਕਈ ਪ੍ਰੋਬਲਮਾਂ ਵੀ ਦਸੀਆਂ ਕਿਸ ਤਰ੍ਹਾਂ ਇਹਨਾਂ ਨੂੰ ਸੌਲਵ ਕੀਤਾ ਜਾਏਗਾ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਦਸੀਆਂ ਅੱਜ ਮੈਂ 슈ਗਰ ਮਿਲ ਕੁਆਟਰ ਚ ਆਇਆ ਹਾਂ ਜਿਤਖੰਡ ਵਾਲਾ ਮਿਲ ਜਿਹੜੀ ਹੈ ਇੱਥੇ ਇਲਾਕੇ ਨਿਵਾਸੀਆਂ ਨੂੰ ਮਿਲ ਕੇ ਅੱਜ ਦਿਲ ਪਰ ਹੈ ਮੈਂ ਇੰਨਾ ਦੇਖ ਕੇ ਮੈਨੂੰ ਲੱਗਦਾ ਪਿਆ ਕਿ ਇੱਥੇ ਜਿਹੜਾ ਵਿਕਾਸ ਡਾਕਟਰ ਰਾਜਕਮਰ ਜੀ ਦੇ ਡਾਕਟਰ ਰਾਜਕਮਰ ਜੀ ਕਹਿੰਦੇ ਪਏ ਹੈ ਕਿ ਮੈਂ ਵਿਕਾਸ ਕੀਤਾ ਇੱਥੇ ਆ ਕੇ ਦੇਖੋ ਨਾ ਕਿਹੜਾ ਵਿਕਾਸ ਕੀਤਾ ਉਹਨਾਂ ਨੇ 5 ਸਾਲਾਂ ਚ ਮੈਂ ਇੰਨਾ ਹੈਰਾਨ ਹੈ ਕਿ ਇਥੇ ਸੀਵਰੇਜ ਦੀ ਨਹੀਂ ਪ੍ਰੋਬਲਮ ਹੈ ਲੋਕ ਸਾਰੀ ਮਾਤਾਵਾਂ ਨੇ ਸਾਨੂੰ ਦੱਸਿਆ ਕਿ ਇਥੇ ਜਦ ਬਾਰਿਸ਼ ਹੁੰਦੀ ਹੈ ਨਹੀਂ ਛੱਤਾਂ 'ਚ ਹੁੰਦੀ ਹੈ ਤੇ ਘਰ ਭਰ ਜਾਂਦੇ ਆ ਗੋਡੇ-ਗੋਡੇ ਪਾਣੀ ਆ ਜਾਂਦਾ ਤੇ ਇਹ ਮਸਲੇ ਪਿਛਲੇ 5 ਸਾਲ ਤੋਂ ਨਹੀਂ ਕਈ ਸਾਲਾਂ ਤੋਂ ਚੱਲਦੇ ਪਏ ਆ ਤੇ ਡਾਕਟਰ ਵੇਰਕਾ ਜੀ ਕਹਿੰਦੇ ਆ ਰਾਜਕਮਰ ਵੇਰਕਾ ਜੀ ਕਹਿੰਦੇ ਆ ਕਿ ਵੀ ਅਸੀਂ ਵਿਕਾਸ ਕੀਤਾ ਮੈਂ ਰਾਜਕਮਰ ਜੀ ਨੂੰ ਕਹਾਂਗਾ ਇੱਥੇ ਆਓ ਪਤਾ ਲੱਗੇਗਾ ਤੁਸੀਂ ਕਿਹੜਾ ਵਿਕਾਸ ਕੀਤਾ ਲੋਕਾਂ ਨੇ ਤੁਹਾਨੂੰ ਦੱਸ ਦੇਣਾ ਇਸ ਵਾਰੀ ਉਹਨਾਂ ਨੇ ਕਿ ਦੱਸ ਦੇਣਾ ਕਿ ਵਿਕਾਸ ਜੇ ਕੀਤਾ ਹੁੰਦਾ ਨਾ ਤੇ ਇਹ ਰੋਂਦੇ ਨਹੀਂ ਹੁੰਦੇ ਇੱਥੇ ਕੋਈ ਨਹੀਂ ਪਤਾ ਲੱਗ ਜਾਊਗਾ 20 ਤਰੀਕ ਨੂੰ ਲੋਕਾਂ ਨੇ ਜਾ ਵੋਟਾਂ ਪਾਣ ਜਾਣੀ ਹੈ ਪਹਿਲੇ ਤੁਸੀਂ ਮੰਗਣ ਤੋਂ ਆਓ ਪਤਾ ਲੱਗੇਗਾ ਤੁਹਾਨੂੰ ਕਿ ਕੀ ਹੁੰਦਾ ਤੇ ਦੂਸਰੇ ਪਾਸੇ ਤੇ ਦੀ ਗੇ ਘਰਾਂ ਦੀ ਛੱਤ ਚ ਹੁੰਦੀ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਪੈਸੇ ਆਉਂਦੇ ਨੇ ਸਰਕਾਰਾਂ ਵੱਲੋਂ ਜਿਹੜਾ 3.5 ਤੋਂ 3 ਲੱਖ ਰੁਪਈਆ ਮਿਲਦਾ ਹੈ ਕਿ ਆ ਉਹ ਵੀ ਸਕੀਮਾਂ ਜਿਹੜੀਆਂ ਸੈਂਟਰ ਸਰਕਾਰ ਦੀਆਂ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ ਬਿਲਕੁਲ ਵੀ ਨਹੀਂ ਤੇ ਕਹਿੰਦੇ ਤਿੰਨ ਵਾਰੀ ਫਾਰਮ ਭਰੇ ਇਹਨਾਂ ਨੇ ਪਰ ਤਿੰਨ ਉਹਨਾਂ ਵਾਰੀਆਂ ਇਹਨਾਂ ਨੇ ਜਿਹੜੀ ਪੰਜਾਬ ਦੀ ਸਰਕਾਰ ਨੇ ਇਹਨਾਂ ਦੇ ਫਾਰਮ ਕੈਨਸਲ ਕਰਤੇ ਕਾਰਨ ਕਾਰਨ ਕੀ ਕਾਰਨ ਬਸ ਐਮਐਲਏ ਦੱਸੇ ਉਹਨਾਂ ਦਾ ਕਾਉਂਸਲਰ ਦੱਸੇ ਜੇڑا ਪਿਛਲੇ 5 ਸਾਲ ਤੋਂ ਕੈਨੇਡਾ ਬੈਠਾ ਪੁੱਛਿਆ ਇਹਨਾਂ ਨੇ ਇੱਕ ਵਾਰੀ ਵੀ ਆਇਆ ਕਾਉਂਸਲਰ ਇੱਥੇ ਯਾਨੀ ਕਹਿੰਦਾ ਮਤਲਬ ਇਹ ਹੈ ਕਿ ਜਦ ਤੁਸੀਂ ਇੱਥੋਂ ਜਿੱਤ ਕੇ ਗਏ ਹੋ ਘਟੂ ਘਟ ਆਉਂ ਤੋ ਸਹੀ ਇਹ ਨਹੀਂ ਕਿ ਤੁਸੀਂ ਸੈਟਰਡੇ ਸੰਡੇ ਦੀ ਸਰਕਾਰ ਬਣਾ ਲਈ ਹੈ ਤੇ ਬਾਕੀ ਬਾਕੀ ਦਿਨ ਆਪਣੇ ਇਲਾਕੇ ਤੋਂ ਬਾਹਰ ਮੈਂ ਇਹ ਹੀ ਕਹਿਣਾ ਚਾਹਾਂਗਾ ਵਕਤ ਆ ਗਿਆ ਬਦਲਾਵ ਦਾ ਤੇ ਬਦਲਾਵ ਆਏਗਾ ਭਾਜਪਾ ਦੀ ਸਰਕਾਰ ਬਣੇਗੀ ਤੇ ਅਸੀਂ ਸਾਰੇ ਮਿਲ ਕੇ ਜਿੰਨੇ ਵੀ ਵੈਸਟ ਹਲਕੇ ਦੇ ਬੀਜੇਪੀ ਦੇ ਕਾਰਜਕਰਤਾ ਹੈ ਇਸ ਹਲਕੇ ਨੂੰ ਇਹ ਜਿਹਾ ਹਲਕਾ ਬਣਾਵਾਂਗੇ ਮਿਲ ਕੇ ਇਹ ਨਹੀਂ ਕਿ ਕੱਲਾ ਬੰਦਾ ਸਾਰੇ ਬੀਜੇਪੀ ਕਾਰਜਕਰਤਾ ਜੇ ਮੰਨ ਲਓ ਮੈਂ ਅੱਜ ਐਮਐਲਏ ਬੰਨਾ ਤਾਂ ਮੇਰੇ ਸਾਥ ਮੇਰੇ ਜਿੰਨੇ ਵੀ ਵੈਸਟ ਦੇ ਕਾਰਜਕਰਤਾ ਹੈ ਸਾਰੇ ਐਮਐਲਏ ਹੋਣਗੇ ਇਹ ਮੈਂ ਮਿਸ਼ਨ ਲੈ ਕੇ ਜਾਵਾਂਗਾ ਇਥੋਂ ਅਰ ਜੇ ਦੂਸਰੇ ਪਾਸੇ ਗੱਲ ਕੀਤੀ ਜਾਏ ਡਾਕਟਰ ਰਾਜਕਮਰ ਵੇਰਕਾ ਜਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਭਾਜਪਾ ਨੂੰ ਵੋਟ ਪਾਉਣਾ ਮਤਲਬ ਹੈ ਵੋਟ ਵੇਸਟ ਕਰਨੀ ਆਪਣੀ ਵੋਟ ਵੇਟ ਨਾ ਕਰੋ ਉਹਨੂੰ ਪਾ ਜਿਹੜਾ ਜਿੱਤ ਸਕਦਾ ਫਿਰ ਉਸ ਨੂੰ ਕਿਸ ਤਰ੍ਹਾਂ ਕਾਊਂਟਰ ਕਰਾਂਗੇ ਜਿੱਤੇ ਤਾਂ ਬਾਜਪਾ ਰਹੀ ਹੈ ਕਾਂਗਰਸ ਨਹੀਂ ਨਾ ਆਮ ਆਦਮੀ ਪਾਰਟੀ ਇਹ ਸਿਰਫ ਇਸ ਹਲਕੇ ਦੀ ਗੱਲ ਨਹੀਂ ਹੈ ਇਹ ਪੂਰੇ ਪੰਜਾਬ ਦੀ ਹੈ ਇਹ ਪੂਰੇ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਮੈਂ ਸਾਰੇ ਪਾਸੇੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਿਕਾ ਰਿਆ ਜਾ ਰਿਹਾ ਹੈ ਤੇ ਕਾਂਗਰਸ ਦਾ ਤਾਂ ਹਾਲ ਪਹਿਲੇ ਤੋਂ ਇਹੀ ਆ ਪਿਛਲੇ 5 ਸਾਲ ਤੋਂ ਕੋਈ ਵਿਕਾਸ ਨਹੀਂ ਤੇ ਉਹ ਕਹਿੰਦੇ ਕੀ ਅਸੀਂ ਸਕੀਮਾਂ ਬੜੀ ਦੇਵਾਂਗੇ ਫ੍ਰੀ ਦੀ ਸਕੀਮਾਂ ਦੇਵਾਂਗੇ ਇਹ ਕਿੱਥੋਂ ਦੀ ਫ੍ਰੀ ਸਕੀਮਾਂ ਲੈ ਕੇ ਆਣਗੇ ਮੈਨੂੰ ਨਹੀਂ ਪਤਾ ਲਿਫਾਫੇ ਆ ਲਿਫਾਫੇ ਸਾਰੇ ਉਹ ਅਮੀ ਜੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦਾ ਜਿਹੜਾ ਰਿਸਪਾਂਸ ਮਿਲੇਗਾ ਤੇ ਭਾਜਪਾ ਜਿਹੜੀ ਹੈ ਵੈਸਟ ਦੀ ਸੀਟ ਹੈ ਇਹਦੇ ਵਾਸਤੇ ਜਿਹੜਾ ਵੋਟਾਂ ਦੇ ਵਿੱਚ ਤਦਬੀਲ ਕਰਵਾਓਗੇ ਕਿਉਂਕਿ ਮੀਟਿੰਗਾਂ 'ਚ ਲੋਕ ਆ ਜਾਂਦੇ ਪਰ ਵੋਟਾਂਵਾਰੀ ਜਿਹੜਾ ਕੋਈ ਵੋਟ ਵੋਟ ਦੀ ਸ਼ਕਤੀ ਹੁੰਦੀ ਉਹ ਲੋਕ ਇਸਤੇਮਾਲ ਨਹੀਂ ਕਰਦੇ ਦੇਖੋ ਜੀ ਮੇਰਾ ਤਾਂ ਪਹਿਲੇ ਹੀ ਮਿਸ਼ਨ ਇੱਕ ਹੈ ਮੈਂ ਸ਼ੁਰੂ ਤੋਂ ਕਹਿਣਾ ਆ ਰਿਹਾ ਹਾਂ ਔਰ ਮੈਂ ਮੈਸੇਜ ਦੇਣਾ ਵੀ ਰਹਾਂਗਾ ਅੱਜ ਵੀ ਜੇ ਅਸੀਂ ਬੈਠੇ ਇੱਥੇ ਤੇ ਸਾਡੀ ਮਾਤਾ ਉਹਨਾਂ ਦਾ ਇੱਕ ਹੀ ਏਜੰਡਾ ਹੈ ਉਹ ਕਹਿੰਦੇ ਬਈ ਸਾਨੂੰ ਰੋਜ਼ਗਾਰ ਚਾਹੀਦਾ ਤੇ ਮੇਰਾ ਵੀ ਇਹੀ ਮਿਸ਼ਨ ਹੈ ਜਿਹੜਾ ਛਾਟਾ ਇੰਡਸਟਰੀ ਸਮਾਲ ਸਕੇਲ ਇੰਡਸਟਰੀ ਹਬ ਹੁੰਦਾ ਸੀ ਉਹਨੂੰ ਰਿਵਾਈਵ ਕਰਨਾ ਆਜੋ ਅਸੀਂ 슈ਗਰ ਮਿਲ ਚ ਖੜੇ ਆ ਉਹਨਾਂ ਦੇ ਕੁਆਟਰ ਚ ਖੜੇ ਆ ਕਿ ਜੇ ਇੱਕ ਅੱਜ ਹੀ 슈ਗਰ ਮਿਲ ਨੂੰ ਸਾਰੀ ਸੈਂਟਰ ਦੀ ਸਕੀਮਾ ਮਿਲਦੀ ਹੁੰਦੀ ਤੇ ਨਾ ਇਹਨਾਂ ਵਿਕਾਸ ਇਸ ਏਰੀਆ ਦੇ ਵਿਕਾਸ ਹੁੰਦਾ ਤੇ ਮੇਰਾ ਇਹੀ ਏਜੰਡਾ ਹੈ ਕਿ ਅਸੀਂ ਬਿਜ਼ਨਸ ਨੂੰ ਬੜਾਈਏ ਇਥੇ ਸਮਾਲ ਸਕੇਲ ਇੰਡਸਟਰੀ ਵਾਪਸ ਰਿਵਾਈਵ ਕਰੀਏ ਸਾਨੂੰ ਰੋਜ਼ਗਾਰ ਮਿਲੇਗਾ ਸਾਡੇ ਯੂਥ ਨੂੰ ਰੋਜ਼ਗਾਰ ਮਿਲੇਗਾ ਤੇ ਆਉਣ ਵਾਲੇ ਟਾਈਮ 'ਚ ਛਾਟਾ ਦੁਬਾਰਾ ਇੱਕ ਇੰਡਸਟਰੀਅਲ ਹੱਬ ਬਣੇਗਾ ਉਹ ਰਿੰਕੂ ਜੀ ਸਾਡਾ ਰਿੰਕੂ ਜੀ ਲਗਾਤਾਰ ਜਿਹੜਾ ਪਾਰਟੀ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਕਿਸ ਤਰ੍ਹਾਂ ਦਾ ਰਿਸਪਾਂਸ ਦੇਖ ਰਹੇ ਹੋ ਆਉਣ ਵਾਲੇ ਦਿਨਾਂ 'ਚ ਸ਼ਾਡੇ ਤੋਂ ਕਿਸ ਤਰ੍ਹਾਂ ਦੀ ਲੜਾ ਲੋਕਾਂ ਦੀ ਆਵਾਜ਼ ਆ ਸਕਦੀ ਹੈ ਭਾਜਪਾ ਨੂੰ ਲੈ ਕੇ ਦੇਖੋ ਜੀ ਇਸ ਟਾਈਮ ਜਿਹੜਾ ਪੰਜਾਬ ਦੇ ਵਿੱਚ ਲੋਕਾਂ ਨੇ ਮਨ ਬਣਾ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਬੜੀ ਇੱਕ ਨੰਬਰ ਤੇ ਪਾਰਟੀ ਆਣ ਕੇ ਆਪਣੀ ਪੰਜਾਬ 'ਚ ਜਿਹੜੀ ਸਰਕਾਰ ਬਣਾਏਗੀ ਗੱਲ ਕਰੀਏ ਬਾਕੀ ਹਲਕੇ ਵੈਸਟ ਦੀ ਇੱਥੋਂ ਦੇ ਮੌਜੂਦਾ ਐਮ.ਐਲ.ਏ ਉਹਨਾਂ ਬਾਰੇ ਸਾਰੇ ਲੋਕ ਜਦੋਂ ਵੀ ਉਹ ਜਿਸ ਜਿਸ ਇਲਾਕੇ ਦੇ ਵਿੱਚ ਜਾ ਰਹੇ ਨੇ ਜਿਸ ਤਰ੍ਹਾਂ ਅੱਜ ਇਥੋਂ ਦੇ ਸਾਰੇ ਲੋਕਾਂ ਨੇ ਆਪਣਾ ਬੜਾ ਰੋਸ ਪ੍ਰਗਟ ਕੀਤਾ ਇਸ ਤਰ੍ਹਾਂ ਹੀ ਹਰ ਇਲਾਕੇ ਦੇ ਵਿੱਚ ਉਹਨਾਂ ਨੂੰ ਇੱਕ ਮੈਸੇਜ ਮਿਲ ਰਿਹਾ ਹੁਣ ਇੱਕ ਜਗ੍ਹਾ ਡਾਕਟਰ ਰਾਜਕਮਰ ਫੇਰਕਾ ਜੀ ਮੀਟਿੰਗ ਕਰਨ ਗਏ ਸੀ ਉੱਥੋਂ ਇੱਕ ਇੱਕ ਆਦਮੀ ਨੇ ਉੱਠ ਕੇ ਬੜੇ ਸਵਾਲ ਕੀਤੇ ਜਿਸ ਤਰ੍ਹਾਂ ਅੱਜ ਇਥੋਂ ਦੀ ਇਹ ਸਮੱਸਿਆ ਜਿਹੜੀ ਪਾਣੀ ਦੀ ਤੇ ਉੱਥੇ ਵੀ ਉਹ ਪਾਣੀ ਦੀ ਜੋ ਸਮੱਸਿਆ ਦਾ ਜਿਗਰ ਹੋਇਆ ਤੇ ਡਾਕਟਰ ਸਾਹਿਬ ਕਹਿਣ ਲੱਗੇ ਕਿ ਤੁਸੀਂ ਮੈਨੂੰ ਦੱਸਣਾ ਹੀ ਤੇ ਲੋਕਾਂ ਨੇ ਕਿਹਾ ਵੀ ਡਾਕਟਰ ਸਾਹਿਬ ਸਾਡੇ 4 ਸਾਲ ਹੋ ਗਏ ਤੁਸੀਂ ਇੱਥੇ ਆਏ ਨਹੀਂ ਤੇ ਅਸੀਂ ਸਮੱਸਿਆ ਦੱਸ ਦੇ ਕਿ ਨੂੰ ਤੇ ਇਸ ਕਰਕੇ ਸਾਨੂੰ ਪੂਰੀ ਉਮੀਦ ਹੈ ਕਿ ਹਲਕਾ ਵਹਿੜ ਦੇ ਲੋਕਾਂ ਨੇ ਪੂਰਾ ਮਨ ਬਣਾ ਚੁੱਕੇ ਨੇ ਕਿ ਐਰ ਕੀ ਜਿਹੜਾ ਇੱਥੋਂ ਦਾ ਐਮਐਲਏ ਕੈਂਡੀਡੇਟ ਆ ਉਹਨੂੰ ਪੂਰੀ ਬਹੁਮਤ ਨਾਲ ਜਿਤਾ ਕੇ ਤੇ ਵਿਧਾਨ ਸਭਾ ਦੇ ਵਿੱਚ ਉਹਨੂੰ ਭੇਜਿਆ ਜਾਏਗਾ ਪਰ ਵਿਪਖਸ਼ੀ ਕਹਿੰਦੇ ਨੇ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰੋ ਕਹਿੰਦੇ ਇਹਨਾਂ ਦੇ ਆਪਣੇ ਘਰ ਚ ਲੜਾਈ ਪਈ ਤੇ ਇਹ ਇਕੱਠੇ ਨਹੀਂ ਗਏ ਇਹਨਾਂ ਨੇ ਇਲੈਕਸ਼ਨ ਕਿਸ ਰਾਜ ਜਿੱਤ ਨਹੀਂ ਹੈ ਉਹਨੂੰ ਕਿਸ ਤਰ੍ਹਾਂ ਫੇਸ ਕਰਦੇ ਹੋ ਬਿਲਕੁਲ ਨਹੀਂ ਇਸ ਟਾਈਮ 'ਚ ਸਾਡੀ ਭਾਜਪਾ ਪਾਰਟੀ ਬਿਲਕੁਲ ਇਕਜੁੱਟ ਹੋ ਕੇ ਅਸੀਂ ਲੜਾਈ ਲੜ ਰਹੇ ਆ ਅੱਜ ਤੁਸੀਂ ਦੇਖਿਆ ਕਿ ਅੱਜ ਸਾਡੇ ਸਾਰੇ ਸਾਥੀ ਜਿਹੜੇ ਬੀਜਪੀ ਦੇ ਵਰਕਰ ਨੇ ਸਾਰੇ ਆਪਣੇ ਆਪਣੇ ਮੋਰਚੇ ਦੇ ਉੱਤੇ ਡਟ ਗਏ ਨੇ ਤੁਸੀਂ ਕੱਲ ਤੱਕ ਦੇਖਿਓ ਕਿ ਪੂਰੇ ਬੀਜਪੀ ਹਲਕਾ ਵੜ ਦੇ ਵਿੱਚ ਜਿਹੜਾ ਬੀਜਪੀ ਦਾ ਕਮਲ ਦਾ ਫੁੱਲ ਆ ਇਹ ਪੂਰਾ ਲਹਿਰਾਏਗਾ ਔਰ ਪੂਰੀ ਬਹੁਮਤ ਨਾਲ ਅਸੀਂ ਜਿਤਾ ਕੇ ਆਪਣੇ ਕੈਂਡੀਡੇਟ ਨੂੰ ਅਮੀ ਜੀ ਨੂੰ ਤੇ ਵਿਧਾਨ ਸਭਾ ਦੇ ਵਿੱਚ ਅਸੀਂ ਭੇਜਾਂਗੇ ਬਾਕੀ ਗੱਲ ਤੁਸੀਂ ਕਹਿ ਰਹੇ ਹੋ ਆਮ ਪਾਰਟੀ ਦੀ ਆਮ ਪਾਰਟੀ ਦਾ ਕੋਈ ਇੱਥੇ ਆਧਾਰ ਨਹੀਂ ਆ ਤੁਸੀਂ ਪਹਿਲੇ ਵੀ ਦੇਖਿਆ ਸੀ 2017 ਦੇ ਵਿੱਚ ਆਮ ਪਾਰਟੀ ਕਹਿੰਦੀ ਸੀ ਕਿ ਇਹ ਆਹੀ ਪੰਜਾਬ ਵਿੱਚ 100 ਸੀਟਾਂ ਲਵਾਵਾਂਗੇ ਪਰ ਤੁਸੀਂ ਦੇਖਿਆ ਕਿ ਲੋਕਾਂ ਨੇ 20 ਸੀਟਾਂ ਤਾਂ ਕਈ ਉਹਨਾਂ ਨੂੰ ਰਹਿਣ ਦਿੱਤਾ ਉਹਦੇ ਵਿੱਚ ਵੀ ਜਿਹੜੀਆਂ 11 ਸੀਟਾਂ ਹੋਰ ਪਾਰਟੀ ਦੇ ਵਿੱਚ ਚਲ ਗਈਆਂ ਇਸ ਕਰਕੇ ਆਮ ਪਾਰਟੀ ਦਾ ਕੋਈ ਇੱਥੇ ਆਧਾਰ ਨਹੀਂ ਆ ਲੋਕ ਭਾਜਪਾ ਪਾਰਟੀ ਨੂੰ ਪਸੰਦ ਕਰਦੇ ਨੇ ਤੇ ਪੰਜਾਬ ਵਿੱਚ 2022 ਦੇ ਵਿੱਚ ਜਿਹੜਾ ਸਾਡਾ ਸੀਐਮਓ ਜਿਹੜਾ ਜ਼ਕੀਰ ਬਣੇਗਾ ਬੜਾ ਨਾ ਹੌਸਲਾ ਜੀ ਕੋਸਲਾ ਜੀ ਗਲੀਆਂ ਨਾਲੀਆਂ ਸੜਕਾਂ ਇਹ ਇਹ ਤੇ ਕਾਉਂਸਲਰ ਦਾ ਕੰਮ ਹੁੰਦਾ ਬਣਾਉਣਾ ਪਰ ਜੇ ਜੇ ਇਲਾਕੇ ਦੇ ਲੋਕਾਂ ਦੀ ਗੱਲ ਕਰੀਏ ਕਹਿੰਦੇ ਸਾਡੇ ਜਿਹੜੇ ਉਹ ਵੀ ਪ੍ਰੋਬਲਮ ਨਹੀਂ ਸੋਲ ਹੁੰਦੀ ਇੱਥੇ ਕਿਹਨੂੰ ਜਿੰਮੇਵਾਰ ਸਮਝਦੇ ਐ ਐਮਐਲਏ ਨੂੰ ਕਿ ਕਾਉਂਸਲਰ ਨੂੰ ਇਹਦੇ ਲਈ ਜਿੰਮੇਵਾਰ ਜਿਹੜੇ ਦੋਨੋਂ ਹੀ ਹੈਗੇ ਆ ਕਿ ਉਹਨਾਂ ਦੋਨਾਂ ਦਾ ਆਪਸੀ ਅੰਡਰਸਟੈਂਡਿੰਗ ਨਹੀਂ ਹੈਗੀ ਮਿਊਚੁਅਲ ਅੰਡਰਸਟੈਂਡਿੰਗ ਨਹੀਂ ਹੈਗੀ ਕਮਿਊਨੀਕੇਸ਼ਨ ਗੈਪ ਬਹੁਤ ਹੈ ਜੇ ਕਾਉਂਸਲਰ ਨੂੰ ਜਿਤਾਇਆ ਉਹ ਚੁੱਪ ਕਰਕੇ ਕੈਨੇਡਾ ਭੱਜ ਕੇ ਚੱਲ ਜਾਂਦਾ ਜਦੋਂ ਆਂਦਾ ਪਤਾ ਹੀ ਨਹੀਂ ਹੁੰਦਾ ਵੀ ਆਇਆ 10 ਦਿਨ ਰਿਹਾ ਫਿਰ ਗਾਇਬ ਹੋ ਜਾਂਦਾ ਤੇ ਐਮਐਲਏ ਸਾਹਿਬ ਹੈ ਉਹ ਤੇ ਬਸ ਇੰਦਾ ਚਾਹਦੀ ਐ ਤੁਹਾਡੇ ਸਾਹਮਣੇ ਕਿੰ ਇਹ ਇਲਾਕੇ ਨਾਲ ਦੱਸ ਸਕਦੇ ਆ ਵੀ ਕਿੰਨੀ ਕੀ ਦੇ ਇੱਥੇ ਆਏ ਆ ਤੇ ਕਿੰਨਾ ਕਿ ਉਹਨੂੰ ਮਿਲੇ ਆ ਤੇ ਜਿਸ ਤਰ੍ਹਾਂ ਲੋਕਾਂ ਨੇ ਆਪਣੀ ਪ੍ਰੋਬਲਮ ਦਸੀ ਕਿ ਇਹਨਾਂ ਦੇ ਲੋਨ ਵਗੈਰਾ ਵੀ ਨਹੀਂ ਹੋ ਰਹੇ ਉਹਨੂੰ ਲੈ ਕੇ ਭਾਜਪਾ ਵੱਲੋਂ ਕਿਸ ਤਰ੍ਹਾਂ ਦਾ ਕਦਮ ਚੁੱਕਿਆ ਜਾਏਗਾ ਕਿਉਂਕਿ ਸੈਂਟਰ ਚ ਸਰਕਾਰ ਤੁਹਾਡੀ ਹੈ ਸੈਂਟਰ ਚ ਸਰਕਾਰ ਸਾਡੀ ਹੈ ਮੋਦੀ ਸਾਹਿਬ ਵੱਲੋਂ ਪੈਸਾ ਬਹੁਤ ਆ ਰਿਹਾ ਦਿੰਦੇ ਵੀ ਆ ਇਹ ਆਪਣੇ ਨਿੱਜੀ ਖਰਚਿਆਂ ਤੇ ਖਰਚਾ ਕਰੀ ਜਾਣਦੇ ਆ ਆਪਣੇ ਐਮਐਲਏ ਆ ਆਪਣੇ ਗਨਮੈਨਾਂ ਤੇ ਗੱਡੀਆਂ ਨਵੀਆਂ ਲੈ ਲੀਆਂ ਸਾਰੇ ਐਮਐਲਏ ਨੇ ਉਹਨਾਂ ਨੂੰ ਇਹ ਨਹੀਂ ਦੇਖਦਾ ਵੀ ਇਹ ਛੱਤਾਂ ਦਾ ਕੀ ਹਾਲ ਹੈ ਐਮਐਲਏ ਸਾਹਿਬ ਆ ਕੇ ਦੇਖਣ ਤੇ ਸਹੀ ਪੰਜਾਬ ਸਰਕਾਰ ਨੂੰ ਪੈਸਾ ਬਹੁਤ ਆ ਰਿਹਾ ਪਰ ਅੱਗੇ ਨਾਲੀ ਜਿਹੜੇ ਫਾਰਮੈਲਟੀ ਹੈਗੀਆਂ ਪੰਜਾਬ ਸਰਕਾਰ ਇਹਨਾਂ ਦੀਆਂ ਫਾਰਮੈਲਟੀਆਂ ਨਹੀਂ ਪੂਰੀਆਂ ਕਰਦੀਆਂ ਆਪਣੇ ਖਰਚੇ ਪੂਰੇ ਕਰਦੇ ਪਏ ਬਸ ਤਾਂ ਅਵਨਾਸ਼ ਸ਼ੈਲਾ ਜੀ ਸ਼ੈਲਾ ਜੀ ਸਰਕਾਰ ਵੱਲੋਂ ਜੇ ਸੈਂਟਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤੇ ਪੈਸੇ ਆਉਂਦੇ ਨੇ ਕਹਿੰਦੇ ਦੋ ਵਾਰ ਫਾਰਮ ਭਰ ਚੁੱਕੇ ਆ ਤਾਂ ਵੀ ਨਹੀਂ ਮਿਲੇ ਕਿੱਥੇ ਕਮੀ ਹੈ ਕਿਉਂ ਕਿ ਲੋਕਾਂ ਵਾਸਤੇ ਜੇ ਸਰਕਾਰਾਂ ਤੇ ਸਰਕਾਰਾਂ ਦਾ ਵੀ ਫਰਜ਼ ਹੁੰਦਾ ਕਿ ਲੋਕਾਂ ਦੀ ਮਦਦ ਕਰਨਾ ਇਹ ਜਿਹੜੇ ਅਸੀਂ ਅੱਜ 슈ਗਰ ਮਿੱਲ ਕੁਆਟਰਾਂ 'ਚ ਖੜੇ ਆਂ। ਇਹ ਸਾਲਾਂ ਦੀ ਇਹਨਾਂ ਦੀ ਪ੍ਰੋਬਲਮ ਹੈ। ਔਰ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਸਾਡੇ ਇਲਾਕੇ ਦਾ ਐਮ.ਐਲ.ਏ. ਔਰ ਕਾਉਂਸਲਰ ਜਿਹੜੇ ਆ ਉਹ ਟੋਟਲ ਫੇਲ ਨੇ। ਉਹਨਾਂ ਦੀ ਲੋਕਾਂ ਦੇ ਵਾਸਤੇ ਜਿਹੜੀ ਦਰਦਿਕ ਹੋਣਾ ਚਾਹੀਦਾ, ਇੱਕ ਜਿਹੜਾ ਕੰਮ ਕਰਨ ਦਾ ਜਨੂਨ ਹੋਣਾ ਚਾਹੀਦਾ, ਇੱਕ ਜਿਹੜਾ ਜਜ਼ਬਾ ਹੋਣਾ ਚਾਹੀਦਾ। ਮੈਨੂੰ ਲੱਗਦਾ ਨਾ ਮਾਤਰ ਵੀ ਨਹੀਂ ਹੈਗਾ ਨਹੀਂ ਤੇ ਇਸ ਇਹਨਾਂ ਪਰਿਵਾਰਾਂ ਦੀ ਸਭ ਤੋਂ ਪਹਿਲਾਂ ਜ਼ਰੂਰਤ ਸੀ ਕਿ ਇਹਨਾਂ ਲੋਕਾਂ ਨੂੰ ਕੀ ਚਾਹੀਦਾ ਉਹ ਦਿੱਤਾ ਜਾਵੇ। ਪਰ ਉਹਦੇ ਤੇ ਫੇਲ ਨੇ ਲੱਗਦਾ ਕਿ ਸੈਂਟਰ ਦੀਆਂ ਸਕੀਮਾਂ ਪੰਜਾਬ ਸਰਕਾਰ ਜਿਹੜੀ ਇਹ ਲਾਗੂ ਨਹੀਂ ਕਰ ਰਹੀਆਂ ਮੈਂ ਲਾਗੂ ਨਹੀਂ ਕਰ ਰਹੀਆਂ ਲੇਕਿਨ ਫੋਟੋਆਂ ਜਰੂਰ ਆਪਣੀਆਂ ਲਾ ਰਹੇ ਆ ਮੋਦੀ ਸਾਹਿਬ ਨੇ ਲਗਭਗ ਸਵਾ ਕਰੋੜ ਤੋਂ ਵੀ ਵੱਧ ਲੋਕਾਂ ਨੂੰ ਜਿਹੜਾ ਵਾ ਉਹ ਰਾਸ਼ਨ ਭੇਜਿਆ ਔਰ ਇਹ ਰਾਸ਼ਨ ਦੀਆਂ ਬੋਰੀਆਂ ਇਹਨਾਂ ਕਾਂਗਰਸ ਦੇ ਐਮਐਲਏ ਔਰ ਕਾਉਂਸਲਰਾਂ ਦੇ ਘਰੋਂ ਬਰਾਮਦ ਹੋਈਆਂ ਜਿਹੜੇ ਗਰੀਬਾਂ ਦੇ ਰਾਸ਼ਨ ਮਿਲਣ ਵਾਲੀ ਮੁਫਤ ਰਾਸ਼ਨ ਮਿਲਣ ਵਾਲਾ ਸਮਾਂ ਸੀ ਉਦੋਂ ਇਹਨਾਂ ਨੇ ਨੱਪ ਕੇ ਰੱਖ ਛੱਡਿਆ ਔਰ ਜੇ ਵੰਡਿਆ ਤੇ ਆਪਣੀਆਂ ਫੋਟੋਆਂ ਲਾਉਣ ਦੇ ਚੱਕਰ 'ਚ ਉਹ ਲੇਟ ਕਰਤਾ ਔਰ ਖੁਰਦਪੁਰਦ ਕਰਤਾ ਐਸੇ ਲੋਕ ਜਿਨ੍ਹਾਂ ਦਾ ਮਾਣ ਹੀ ਨਹੀਂ ਹੈ ਲੋਕਾਂ ਦੀ ਸੇਵਾ ਦਾ ਐਸੇ ਲੋਕ ਜਿਹੜੇ ਸਿਰਫ ਆਪਣੇ ਤੁਸੀਂ ਦੇਖੋ 3 ਮਹੀਨੇ ਚੰਨੀ 110 ਦਿਨ ਰਿਹਾ ਔਰ ਉਹਦੇ ਇੱਕ ਰਿਸ਼ਤੇਦਾਰ ਦੇ ਕੋਲੋਂ ਹੀ ਰੇਡ ਹੋਈ ਆ ਤੇ 10 ਕਰੋੜ ਰੁਪਈਆ ਲੱਭ ਗਿਆ ਤੁਸੀਂ ਮੈਨੂੰ ਗਿਣ ਕੇ ਦੱਸੋ ਕਿ 110 ਦਿਨਾਂ 'ਚ ਜੇ ਇੱਕ ਇੱਕ ਰਿਸ਼ਤੇਦਾਰ ਇੱਕ ਭਾਂਜੇ ਕੋ 10 ਕਰੋੜ ਲੱਭ ਗਿਆ ਤੇ 4-5 ਭਾਂਜਿਆਂ ਦੇ ਘਰ ਲੱਭ ਫੋਲੀਏ ਤੇ ਫਿਰ ਕਿੰਨੇ ਸੋ ਕਰੋੜ ਜਾਣੇ ਆ ਤੇ ਆਪਾਂ ਦੇ 110 ਦਿਨ ਪੰਜਾਬ ਸਰਕਾਰ ਨੂੰ ਲੁੱਟਣ ਦੀਆਂ ਸਕੀਮਾਂ ਹੀ ਲਾਉਂਦੇ ਰਹੇ ਲੋਕਾਂ ਨੂੰ ਲੁੱਟਣ ਦੀਆਂ ਸਕੀਮਾਂ ਹੀ ਲਾਉਂਦੇ ਰਹੇ ਆਪਾਂ ਸੇਵਾ ਦਾ ਕੰਮ ਤੇ ਕੀਤਾ ਨਹੀਂ ਲੋਕਾਂ ਨੂੰ ਝੂਠ ਬੋਲੀ ਗਏ ਅਸੀਂ ਇਹ ਵੀ ਤੁਹਾਨੂੰ ਦੇ ਦੇਾਂਗੇ ਅਸੀਂ ਇਹ ਵੀ ਦੇ ਦੇਾਂਗੇ ਜਦੋਂ 5 ਸਾਲ ਸਰਕਾਰ ਰਹੀ ਉਦੋਂ ਕੁਝ ਨਹੀਂ ਦਿੱਤਾ ਅਗਲੀ 5 ਸਾਲ ਦੀ ਸਰਕਾਰ ਚ ਫੇਰ ਲੋਕਾਂ ਨੂੰ ਝੂਠੇ ਵਾਦੇ ਤੁਹਾਨੂੰ ਇਹ ਵੀ ਫ੍ਰੀ ਦੇ ਦੇਾਂਗੇ ਸਕੂਟਰੀਆਂ ਦੇ ਦੇਾਂਗੇ 5-5000 10-10000 ਦੇ ਦੇਾਂਗੇ ਇਹਨਾਂ ਨੂੰ ਪੁੱਛੋ ਘਰ-ਘਰ ਨੌਕਰੀ ਮਿਲ ਗਈ ਆ ਬੱਚੇ ਬੈਠੇ ਆ ਬੇਰੋਜ਼ਗਾਰ ਪੁੱਛੋ ਇਹਨਾਂ ਨੂੰ ਪਰ ਪਰ ਸ਼ੈਲਾ ਜੀ ਦੀ ਕਿਹਾ ਕਿ ਇਹਨਾਂ ਨੇ ਜੇ ਪੰਜਾਬ ਸੈਂਟਰ ਸਰਕਾਰ ਨੇ ਸਮਾਨ ਭੇਜਿਆ ਸੀ ਇਹਨਾਂ ਨੇ ਆਪਣੀ ਫੋਟੋ ਲਾ ਲਈ ਜਿਹਦੀ ਫੋਟੋ ਲਾਈ ਉਹਨੂੰ ਤੁਸੀਂ ਅੱਜ ਨਾਲ ਜੋੜ ਲਿਆ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲੱਗੀ ਕੈਪਟਨ ਅਮਰਿੰਦਰ ਸਿੰਘ ਅੱਜ ਭਾਜ-ਪਾਜ ਕੰਮ ਕਰਨਗੇ ਤੁਸੀਂ ਜਦੋਂ ਕਿਸਾਨ ਅੰਦੋਲਨ ਪ੍ਰਧਾਨ ਮੰਤਰੀ ਜੀ ਨੇ ਵਾਪਸ ਲਿਆ ਔਰ ਮਾਫੀ ਮੰਗੀ ਕਿ ਅਸੀਂ ਚੰਗਾ ਕਰਨਾ ਚਾਹੁੰਦੇ ਸੀ ਭਲਾ ਕਰਨਾ ਚਾਹੁੰਦੇ ਸੀ ਲੇਕਿਨ ਕਿਸਾਨਾਂ ਦੇ ਹੱਕ ਚ ਬਨਾਇਆ ਸੀ ਲੇਕਿਨ ਦੇਸ਼ ਹਿੱਤ ਦੇ ਵਿੱਚ ਵਾਪਸ ਲਿਆ ਸੀ ਪੰਜਾਬ ਇੱਕ ਐਸਾ ਸੂਬਾ ਵਾ ਜਿਹੜਾ ਸਰਹੱਦੀ ਸੂਬਾ ਹੈ ਔਰ ਸਾਡੇ ਨਾਲ ਦੁਨੀਆ ਦੇ ਸਭ ਤੋਂ ਅਤਵਾਦੀ ਮਾਈਂਡਡ ਦੇਸ਼ ਪਾਕਿਸਤਾਨ ਦੇ ਨਾਲ ਸਾਡੀ ਇਹ ਪੰਜਾਬ ਦੀ ਸਰਦ ਲੱਗਦੀ ਹੈ ਮੋਦੀ ਸਾਹਿਬ ਔਰ ਕੈਪਟਨ ਸਾਹਿਬ ਦੀ ਜਿਹੜੀ ਸੋਚ ਹੈ ਨਾ ਨੈਸ਼ਨੈਲਿਟੀ ਦੀ ਕਿ ਦੇਸ਼ ਪਹਿਲਾਂ ਦੇਸ਼ ਦੇ ਲੋਕ ਪਹਿਲਾਂ ਮੈਨੂੰ ਦੱਸੋ ਕਿਹੜੀ ਤਰੱਕੀ ਕੀ ਕਰਾਂਗੇ ਤਰੱਕੀ ਰੋਜ਼ ਟਿਫਨ ਬੰਬ ਆ ਰਹੇ ਨੇ ਔਰ ਸਾਡੇ ਸਿੱਧੂ ਸਾਹਿਬ ਬਾਜਵੇਂ ਨਾਲ ਜਫੀਆਂ ਪਾ ਰਹੇ ਨੇ ਰੋਜ਼ ਸਾਡੇ ਫੌਜੀ ਭਰਾਵਾਂ ਦੀਆਂ ਸਾਡੇ ਪੰਜਾਬੀ ਭਰਾਵਾਂ ਦੀਆਂ ਫੌਜਾਂ ਦੀਆਂ ਲਾਛਾਂ ਸਾਡੇ ਕੋਲ ਆ ਰਹੀਆਂ ਨੇ ਔਰ ਇਹ ਉਹਨਾਂ ਦੇ ਨਾਲ ਉੱਥੇ ਬਹਿ ਕੇ ਕਹਿੰਦਾ ਵੀ ਇਹ ਵੀ ਬਾਰਡਰ ਖੋਲਦੇ ਉਹ ਵੀ ਬਾਰਡਰ ਖੋਲਦੇ ਬਾਰਡਰ ਤੋਂ ਉੱਥੋਂ ਆਣਾ ਕੀ ਆ ਕੀ ਭੇਜਦਾ ਪਾਕਿਸਤਾਨ ਸਾਨੂੰ ਬਾਰਡਰ ਤੋਂ ਗੋਲੀਆਂ ਬੰਬ ਸਮੈਕ ਨਸ਼ਾ ਇਹ ਮੋਦੀ ਸਾਹਿਬ ਨੇ ਸੋਚਿਆ ਕਿ ਇਹ ਜਿਹੜੇ ਬਾਕੀ ਮੁੱਦੇ ਨੇ ਨਾ ਇਹ ਤੇ ਹੱਲ ਹੋ ਜਾਣਗੇ ਜੇ ਜਾਨਾ ਰਹਿਣ ਗਿਆ ਜੇ ਦੇਸ਼ ਸੁਰੱਖਿਅਤ ਰਹੂਗਾ ਸੁਰੱਖਿਆ ਦੇ ਮੁੱਦੇ ਦੇ ਉੱਤੇ ਔਰ ਇੱਥੇ ਜਿਹੜੇ ਵੱਖਵਾਦੀ ਲੋਕ ਨੇ ਅੱਤਵਾਦੀ ਮਾਈਂਡਡ ਲੋਕ ਨੇ ਉਹਨਾਂ ਨੂੰ ਨੱਥ ਪਾਉਣਾ ਬੜਾ ਜ਼ਰੂਰੀ ਆ ਅਸੀਂ ਸੰਤਾਪ ਹੋ ਗਿਆ ਏ ਅਸੀਂ ਆਪਣੇ ਬੱਚਿਆਂ ਦੀਆਂ ਲਾਸ਼ਾਂ ਵੇਖੀਆਂ ਸਾਡੇ ਪਰਿਵਾਰ ਛੱਡ ਛੱਡ ਕੇ ਪੰਜਾਬ ਭੱਜੇ ਨੇ ਅਸੀਂ ਦੇਖਿਆ ਇਹ ਪੰਜਾਬ ਦਾ ਕੀ ਹਾਲੀ ਅੱਜ ਇੰਡਸਟਰੀ ਭੱਜ ਗਈ ਸਾਡੇ ਵੈਸਟ ਵਾਲਿਆਂ ਤੋਂ ਵੱਧ ਕੌਣ ਜਾਣ ਸਕਦਾ ਸਾਡੇ ਹਰ ਦੂਸਰੇ ਘਰ ਦੇ ਵਿੱਚ ਜਾ ਕੇ ਵੇਖੋ ਇੱਕ ਇੰਡਸਟਰੀ ਸੀ ਕਾ ਆਪਣਾ ਪ੍ਰਤਾਪ ਮਿਲ 슈ਗਰ ਮਿਲ ਜਪਾਨੀ ਮਿਲ ਉਸੀ ਐਮਲ ਨਿਮਲਾ ਮਿਲ ਹਿਮਲਾ ਮਿਲ ਕਿੰਨੀਆਂ ਮਿਲਾਂ ਸੀ ਤੁਸੀਂ ਸ਼ੁਰੂ ਹੁੰਦੇ ਖਾਸੇ ਤੋਂ ਅੱਜ ਤੁਹਾਨੂੰ ਸਿਰਫ ਇੱਕ ਜਾਂ ਦੋ ਮਿਲਾਂ ਬਾਕੀ ਬਚਿਆ ਸਾਰੀਆਂ ਸਾਰੀ ਇੰਡਸਟਰੀ ਖਤਮ ਕਰਤੀ ਪਰ ਪਰ ਜਿਹੜੇ ਤੁਹਾਡੇ ਵਿਰੋਧੀ ਹੈ ਸੱਤਾਧਾਰੀ ਹੈ ਉਹ ਕਹਿੰਦੇ 10 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ ਸੀ ਇਹਨਾਂ ਦੀ ਸਰਕਾਰ ਚ ਸਭ ਕੁਝ ਹੋਇਆ ਇਹਨਾਂ ਨੇ ਲੋਕਾਂ ਨੂੰ ਮਾਰਿਆ ਵੀ ਕੁੱਟਿਆ ਵੀ ਤੇ ਲੁੱਟਿਆ ਵੀ ਬਿਲਕੁਲ ਝੂਠ ਕਹਿੰਦੇ ਆ ਹਾਂ ਮੈਂ ਇੱਕ ਜਰੂਰ ਮੰਨਦਾ ਕਿ ਪੰਜਾਬ ਦੇ ਲੋਕਾਂ ਦਾ ਇੱਕ ਮਨ ਰਹਿੰਦਾ ਸੀ ਔਰ ਸਾਨੂੰ ਇੱਕ ਲਾਂਭਾ ਰਹਿੰਦਾ ਸੀ ਕਿ ਅਕਾਲੀ ਲੁੱਟਦੇ ਨੇ ਅਕਾਲੀ ਗੁੰਡਾਗਰਦੀ ਕਰਦੇ ਨੇ ਅਕਾਲੀ ਨਸ਼ਾ ਕਰਉਂਦੇ ਸਾਰੇ ਕੰਮ ਕਰਦੇ ਨੇ ਪਰ ਬਦਨਾਮੀ ਭਾਜੀਪੀ ਨੂੰ ਮਿਲਦੀ ਆ ਕਦੀ ਵੱਖ ਹੋ ਕੇ ਲੜੋ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੀ ਆਵਾਜ਼ ਭਾਰਤੀ ਜਨਤਾ ਪਾਰਟੀ ਨੇ ਸੁਣੀ ਔਰ ਇਸ ਵਾਰ ਵੱਖ ਹੋ ਕੇ ਆਪਣੇ ਦਮ ਤੇ ਸਰਕਾਰ ਬਣਾਉਂਦਾ ਸੋਚਿਆ ਹੈ ਸਾਡੇ ਬੀਜੇਪੀ ਕਰਕੇ ਇਹਨਾਂ ਦੀ ਸਰਕਾਰ ਹਰ ਵਾਰੀ ਬਣਦੀ ਰਹੀ ਹੈ ਅਸੀਂ 19 ਚੋਂ 23 ਅਸੀਂ 19 ਚੋਂ 18 ਅਸੀਂ 19 ਚੋਂ 12 ਜਿੱਤਦੇ ਰਹੇ ਆ ਤੇ ਪੰਜਾਬ ਚ ਕਾਲੀ ਦਲ ਦੀ ਸਰਕਾਰ ਬਣਦੀ ਰਹੀ ਹੈ ਐਰ ਕੀ ਤੁਸੀਂ ਵੇਖ ਲਓ ਜਾਂ 10 ਤੋਂ 12 ਵੱਜ ਜਾਂਦੇ ਫੇਰ ਗੱਲ ਕਰਿਓ ਇਹ ਵਾਪਸ ਸਾਡੇ ਕੋ ਘੁੰਮਦੇ ਆਉਣਗੇ ਇਹ ਹਲਕਾ ਵੈੱਟ ਦੀ ਸੀਟ ਬਾਰੇ ਕੀ ਕਹਿੰਦੇ ਹੋ ਕਿ ਜੇ ਲਗਾਤਾਰ ਜੇ ਮੁਕਾਬਲੇ ਦੀ ਗੱਲ ਕੀਤੀ ਜਾਏ ਤਾਂ ਚਾਰ ਪਾਰਟੀਆਂ ਲੱਗਦਾ ਕਿ ਭਾਜਪਾ ਆਪਣਾ ਇੱਥੇ ਫੁੱਲ ਜਿਹੜਾ ਕਮਲ ਫੋਲੋਅਰ ਨੂੰ ਖਲਾਫ ਆਏਗੀ ਵੇਖੋ ਜਿਹੜੇ ਸਾਡੇ ਐਮਐਲਏ ਨੇ ਉਹਤੇ ਇੰਨਾ ਕੁ ਲੋਕੀ ਉਹਨਾਂ ਤੋਂ ਨਾਰਾਜ ਨੇ ਨਿਰਾਸ਼ ਨੇ ਕਿ 5 ਸਾਲ ਦੇ ਵਿੱਚ ਦਰਸ਼ਨ ਹੀ ਨਹੀਂ ਹੋਏ ਮਤਲਬ ਲੋਕ ਤਰਸ ਗਏ ਮਤਲਬ ਕੋਈ ਮਿਲੂਗਾ ਕੰਮ ਕਹੂਗਾ ਜਦੋਂ ਮਿਲਣਾ ਹੀ ਕਿਸੇ ਨੇ ਦਰਸ਼ਨ ਹੀ ਦੁਰਲਭ ਹੋ ਗਏ ਤੇ ਕਿੰਨੇ ਕੰਮ ਕਰਾਉਣਾ ਉਹਨਾਂ ਨੂੰ ਤਾਂ ਮੈਂ ਸਮਝਦਾ ਦੌੜ 'ਚ ਨਹੀਂ ਹੈਗੇ ਅਕਾਲੀ ਦਲ ਸ਼ਾਰਾਂ ਦੇ ਵਿੱਚ ਜ਼ੀਰੋ ਪਹਿਲਾਂ ਵੀ ਸੀ ਤੇ ਜ਼ੀਰੋ ਅੱਜ ਵੀ ਆ ਆਮ ਆਦਮੀ ਪਾਰਟੀ ਬਾਰੇ ਮੈਂ ਜਨਤਾ ਨੂੰ ਇੱਕ ਸਵਾਲ ਕਰਨਾ ਚਾਹਾਂਗਾ ਸਿਰਫ ਪੰਜਾਬ ਦੇ ਕੁਝ ਲੋਕਾਂ ਨੂੰ ਇਹ ਲੱਗੀ ਜਾਂਦਾ ਕਿ ਉਹਨੇ ਦਿੱਲੀ 'ਚ ਬਹੁਤ ਵਿਕਾਸ ਕੀਤਾ ਅਸੀਂ ਕੁਝ ਲੋਕ ਸੋਚਦੇ ਵੀ ਵੋਟਾਂ ਪਾ ਦੇਾਂਗੇ ਮੈਂ ਇਹਨਾਂ ਨੂੰ ਸਵਾਲ ਕਰਨਾ ਚਾਹੁੰਨਾ ਜੇ ਵਿਕਾਸ ਕੁਝ ਕੀਤਾ ਹੋਵੇ ਪੰਜਾਬ ਦੇ ਥੋੜੇ ਜਿਹੇ ਲੋਕਾਂ ਨੂੰ ਹੀ ਕਿਉਂ ਨਜ਼ਰ ਆ ਰਿਹਾ ਇਹ ਜੂਪੀ ਚ ਇਲੈਕਸ਼ਨਾਂ ਹੋ ਰਹੀਆਂ ਇੱਕ ਸੀਟ ਨਹੀਂ ਮਿਲ ਰਹੀ ਉਹਨੂੰ ਉੱਥੇ ਗੋਆ ਦੇ ਵਿੱਚ ਲੋ ਵੋਟਾਂ ਹੋ ਰਹੀਆਂ ਕਿਤੇ ਨਹੀਂ ਹੈਗੇ ਉਹ ਮਿਜ਼ੋਰਮ ਤ੍ਰਿਪੁਰਾ ਹੁਣ ਪਿੱਛੇ ਵੋਟਾਂ ਆਈਆਂ ਬੰਗਾਲ ਚ ਇੱਕ ਸੀਟ ਨਹੀਂ ਮਿਲੀ ਮਤਲਬ ਇਹ ਸਾਰਾ ਵਿਕਾਸ ਜਿਹੜਾ ਵਾ ਉਹ ਪੰਜਾਬ ਦੇ ਹੀ ਕੁਝ ਐਸੇ ਵੱਖਵਾਦੀ ਅੱਤਵਾਦੀ ਲੋਕਾਂ ਨੂੰ ਹੀ ਕਿਉਂ ਨਜ਼ਰ ਆਉਂਦਾ ਉਹਨਾਂ ਨੂੰ ਇਸ ਕਰਕੇ ਝਾੜੂ ਨਜ਼ਰ ਆਉਂਦਾ ਕਿਉਂਕਿ ਉਹ ਸਪੋਰਟ ਕਰਦੇ ਨੇ ਉਹ ਸਪੋਰਟ ਕਰਦੇ ਨੇ ਐਸੇ ਐਸੇ ਲੋਕਾਂ ਦੀ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਔਰ ਬਹਾਨਾ ਬਣਾਉਂਦੇ ਨੇ ਮੋਦੀ ਨੂੰ ਰੋਕਿਆ ਨਹੀਂ ਜਾ ਸਕਦਾ ਵਿਕਾਸ ਦੇ ਨਾਲ ਦੂਜੇ ਨਾਂ ਤੇ ਇਸ ਕਰਕੇ ਮੁਫਤ ਚ ਵੰਡ ਦਿਓ ਮੈਂ ਤੁਹਾਨੂੰ ਇਹ ਵੀ ਮੁਫਤ ਦਊਂ ਮੈਂ ਤੁਹਾਨੂੰ ਇਹ ਵੀ ਮੁਫਤ ਦਊ ਉਹ ਘਰ ਕਦੀ ਨਹੀਂ ਚੱਲ ਸਕਦਾ ਜਿਹੜਾ ਮੁਫਤ ਵੰਡਣ ਨਾਲ ਪਏ ਤੁਸੀਂ ਦੱਸੋ ਤੁਸੀਂ ਆਪਣੇ ਬੱਚਿਆਂ ਨੂੰ ਅੱਜ ਆਪਣੀ ਸਾਰੀ ਤਨਖਾਹ ਵੰਡ ਦਿਓਗੇ ਦੋ ਦਿਨ ਤੇ ਖੁਸ਼ ਹੋਣਗੇ ਤੀਜੇ ਦਿਨ ਜਦੋਂ ਤੁਸੀਂ ਰਾਸ਼ਨ ਮੰਗਣਾ ਤੀਜੇ ਦਿਨ ਤੇ ਤੁਹੇ ਬੱਤੀ ਦਾ ਬਿੱਲ ਦੇਣਾ ਪੈਣਾ ਜਿਸ ਦਿਨ ਹੋਰ ਖਰਚੇ ਆਉਣੇ ਉਹ ਕਿੱਥੋਂ ਦੇਣੇ ਆ ਉਹ ਲੋਕ ਐਸੇ ਨੇ ਜਿਹੜੇ ਐਂਟੀ ਨੈਸ਼ਨਲ ਨੇ ਲੇਕ ਈਮਾਨਦਾਰੀ ਦਾ ਔਰ ਜਿਹੜਾ ਜਿਹੜਾ ਤੁਹਾਨੂੰ ਫ੍ਰੀ ਵਾਲਾ ਸਿਸਟਮ ਹੈ ਉਹਦੇ ਚ ਦੇ ਕੇ ਲੋਕਾਂ ਨੂੰ ਲਾਲਚ ਮੈਨੂੰ ਲੱਗਦਾ ਪੰਜਾਬ ਦੀ ਜਨਤਾ ਬੜੀ ਸਿਆਣੀ ਆ ਔਰ ਖਾਸ ਕਰ ਸ਼ਹਿਰੀ ਵਰਗ ਇਹ ਵਪਾਰ ਚਾਹੁੰਦਾ ਹੈ ਇਹ ਇੰਡਸਟਰੀ ਚਾਹੁੰਦਾ ਹੈ ਔਰ ਉਹ ਮੰਗ ਬੀਜੇਪੀ ਪੂਰੀ ਕਰ ਸਕਦੀ ਕਿਉਂਕਿ ਸੈਂਟਰ ਚ ਬੀਜੇਪੀ ਦੀ ਸਰਕਾਰ ਆ ਸਾਡਾ 4 ਲੱਖ ਕਰੋੜ ਦਾ ਕਰਜ਼ਾ ਸਾਡੇ ਤੇ ਚੜਿਆ ਆ ਇਹ ਕਹੀ ਜਾਂਦੇ ਅਸੀਂ ਮੁਫਤ ਵੰਡ ਦੇਣਾ ਹੋਰ ਸਾਰਾ ਕੁਝ ਜਿਹੜਾ ਘਰ ਪਹਿਲਾਂ ਹੀ ਕਰਜ਼ੇ ਚ ਡੁੱਬਿਆ ਹੋਇਆ ਪਹਿਲਾਂ ਤੇ ਆਪਾਂ ਇਹ ਦਸੀਏ ਉਹਨੂੰ ਕਰਜ਼ਾ ਮੁਕਤ ਕਰਾਂਗੇ ਕਿਦਾਂ ਵੰਡਾਂਗੇ ਤੇ ਬਾਅਦ ਚ ਕਿਸੇ ਨੂੰ ਹੋਰ ਉਹ ਉਹ ਪੈਸੇ ਲਿਆਣੇ ਕਿੱਥੋਂ ਆ ਅ ਸਿੱਧੂ ਸਾਹਿਬ ਵੀ ਕਹਿੰਦਾ ਸਕੂਟਰੀ ਵੀ ਦੇ ਦੇਾਂਗੇ 5000 ਰੁਪਇਆ ਵੀ ਦੇ ਦੇਾਂ ਸਭ ਕੁਝ ਦੇ ਦੇਾਂਗੇ ਕਦੀ ਬਜਟ ਤੇ ਵੇਖੋ ਆਪਣਾ ਕਿ ਵਾਕਈ ਸਾਡੇ ਘਰ ਚ ਸਾਡੀ ਥਾਲੀ ਦੇ ਵਿੱਚ ਉਹ ਰਾਸ਼ਨ ਹੈਗਾ ਵੀ ਮੈਂ ਇਹਨੂੰ ਵੀ ਦੇ ਦੇਾਂ ਮੈਂ ਇਹਨੂੰ ਵੀ ਦੇ ਦੇਾਂ ਭਾਰਤੀ ਜਨਤਾ ਪਾਰਟੀ ਔਰ ਬੀਜੇਪੀ ਦੇ ਅਸੀਂ ਇਸ ਕਰਕੇ ਕਹਿੰਨੇ ਪੰਜਾਬ ਚ ਸਰਕਾਰ ਜਿੱਥੇ ਬੀਜੇਪੀ ਦੀ ਇੱਕ ਵਾਰੀ ਸਰਕਾਰ ਬਣ ਗਈ ਆ ਉਸ ਤੋਂ ਬਾਅਦ ਲੋਕਾਂ ਨੇ ਦੁਬਾਰਾ ਉਸ ਕਿਸੇ ਹੋਰ ਸਰਕਾਰ ਨੂੰ ਮੌਕਾ ਨਹੀਂ ਦਿੱਤਾ ਗੁਜਰਾਤ ਵੇਖ ਲਓ ਵੈਸਟ ਚ ਕਮਲ ਖਿਲੇਗਾ 100% ਖਿਲੇਗਾ ਉਹ 100% ਖਿਲੇਗਾ ਅਮੀ ਜੀ ਜਾਂਦੇ ਜਾਂਦੇ ਲਾਸਟ ਫਿਰ ਲੋਕਾਂ ਨੂੰ ਮਿਲੇ ਲੋਕਾਂ ਦੀ ਗੱਲ ਸੁਣੀ ਹੈ ਭਾਜਪਾ ਦੀ ਸਾਰੀ ਟੀਮ ਤੁਹਾਡੇ ਨਾਲ ਹੈ ਲੱਗਦਾ ਹੈ ਕਿ ਜਿਹੜੇ ਮਿਸ਼ਨ ਤੇ ਨਿਕਲੇ ਉਹ ਫਤਿਹ ਹੋ ਪਾਏਗਾ ਜ਼ਰੂਰ ਜ਼ਰੂਰ ਹੋਗਾ ਪੰਜਾਬ ਬਣੇਗਾ ਭਾਜਪਾ ਭਾਜਪਾ ਤੇ ਵੈਸਟ ਬਣੇਗਾ ਬੈਸਟ ਵੈਸਟ ਬਣੇਗਾ ਵੈਸਟ ਲਗਾਤਾਰ ਜਿਹੜਾ ਭਾਜਪਾ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਲੋਕਾਂ ਨੇ ਦੇਣਾ ਤਾਜ 20 ਤਰੀਕ ਨੂੰ ਕਿੰਨੂੰ ਮਿਲੇਗਾ ਤਾਜ ਇਹ ਤਾਂ ਦੇਖਣ ਵਾਲੀ ਗੱਲ ਹੋਏਗੀ ਤਾ ਤੱਕ ਦੇਖਦੇ ਰਹੋ ਅੰਮ੍ਰਿਤਸਰ ਪੇਨ